ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਤੁਹਾਡਾ ਦੋਸਤ ਰਤਨ ਤਾਲੀਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਅੱਜ ਮੇਰੇ ਨਾਲ ਮੌਜੂਦ ਨੇ ਸਾਡੇ ਖਾਸ ਮਹਿਮਾਨ, ਕਬੱਡੀ ਦੇ ਸੁਪਰ ਸਟਾਰ ਖਿਡਾਰੀ ਕਾਲਾ ਦੁੱਧਾ ਜੀ। ਬਾਈ ਜੀ, ਤੁਹਾਡਾ ਪ੍ਰੋਗਰਾਮ ਦੇ ਉੱਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ, ਆਪਾਂ ਗੱਲ ਕਰਦੇ ਹਾਂ ਕਬੱਡੀ ਦੀ, ਆਪਾਂ ਸ਼ੁਰੂ ਗੱਲ ਕਰਦੇ ਹਾਂ, ਹੈ ਨਾ ਵੀ ਕਬੱਡੀ ਨੇ ਤੁਹਾਨੂੰ ਅਤੇ ਤੁਹਾਡੇ ਵਰਗੇ ਕਈ ਪਲੇਅਰਾਂ ਨੂੰ ਬਹੁਤ ਕੁਛ ਦਿੱਤਾ ਅਤੇ ਬਹੁਤ ਕੁਛ ਦੇ ਵੀ ਰਹੀ ਹੈ, ਪਰ ਫਿਰ ਵੀ ਤੁਹਾਨੂੰ ਨਹੀਂ ਲੱਗਦਾ ਵੀ ਕਬੱਡੀ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਨੇ? ਹਾਂਜੀ, ਬਹੁਤ ਜ਼ਿਆਦਾ ਹੈਗਾ ਵੀ ਕਈ, ਹੁਣ ਜਿਵੇਂ ਹੁਣ ਡੋਪਿੰਗ ਦਾ ਚੱਲ ਰਿਹਾ ਚੱਕਰ, ਹੁਣ ਬਹੁਤ ਜ਼ਿਆਦਾ ਕਾਫੀ ਰੌਲਾ ਪੈ ਰਿਹਾ, ਹੈ ਨਾ ਵੀ ਕੁਝ ਲੋਕ ਬਹੁਤ ਇਸ ਗੱਲ ਨੂੰ ਮੰਨਦੇ ਆ ਵੀ ਗਲਤ ਹੈਗਾ ਇਹ। ਹਾਂ, ਕਾਫੀ ਚੱਲ ਰਿਹਾ ਜੀ ਇਹ ਚੱਕਰ ਇਹ। ਹਾਂਜੀ, ਅਤੇ ਤੁਹਾਨੂੰ ਕੀ ਲੱਗਦਾ ਹੈਗਾ ਵੀ ਇਹਦੇ ਵਿੱਚ ਖਿਡਾਰੀ ਕਿੰਨੇ ਕੁ ਜ਼ਿੰਮੇਵਾਰ ਨੇ? ਖਿਡਾਰੀ ਵੀ ਜ਼ਿੰਮੇਵਾਰ ਹੈਗੇ, ਜਿਹੜੇ ਹੁਣ ਥੋੜ੍ਹੇ ਵੇਟ ਵਾਲੇ ਜਿਹੜੇ ਜ਼ਿਆਦਾ ਕਰਦੇ, ਜਿਹੜੇ ਵੇਟ ਵਾਲੇ ਥੋੜ੍ਹੇ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਲੱਗ ਜਾਂਦੇ, ਜਿਹਨਾਂ ਨੂੰ ਪਤਾ ਹੈਗਾ ਉਹ ਨਹੀਂ ਇਹ ਕੰਮ ਕਰਦੇ ਗੇ। ਕੋਈ ਸਾਰੇ ਨਹੀਂ ਗੇ ਵੀ ਆਪਾਂ ਕਹਿ ਦਈਏ ਸਾਰੇ ਪਲੇਅਰ ਹੀ ਇੱਦਾਂ ਦੇ ਆ ਕਿ ਨਹੀਂ, ਆਪਾਂ ਇਹ ਨਹੀਂ ਕਹਿ ਸਕਦੇ ਗੇ। ਨੈਚੁਰਲ ਵੀ ਆ ਸਾਰੇ, ਜਿਹੜੇ ਖੁਰਾਕ ਆ ਕੇ ਦੇਸੀ ਖੁਰਾਕ ਮਿਹਨਤ ਕਰਕੇ ਜਿਹਨਾਂ ਨੇ ਖੇਡਿਆ ਗਾ ਉਹ ਵੀ ਹੈਗੇ ਆ ਗੇ, ਜਿਹੜੇ ਵਿੱਚ ਕੁਛ ਹੈਗੇ ਆ ਉਹਨਾਂ ਕਰਕੇ ਬਦਨਾਮ ਵੀ ਹੋ ਰਹੀ ਹੈ ਜੀ। ਹਾਂਜੀ, ਅਤੇ ਕਿਤੇ ਚੱਕਰ ਤਾਂ ਨਹੀਂ ਵੀ ਫੇਮ ਪਾਉਣਾ, ਵੀ ਛੇਤੀ ਤੋਂ ਛੇਤੀ ਦੂਜੇ ਨੂੰ ਦੇਖ ਕੇ ਵੀ ਅਸੀਂ ਵੀ ਮਸ਼ਹੂਰ ਹੋਣਾ? ਇਹ ਹੈਗਾ ਜੀ, ਅੱਜ ਕੱਲ੍ਹ ਹੈਗਾ, ਹੁਣ ਨਵੇਂ ਪਲੇਅਰ ਉੱਠਦੇ ਜਿਹੜੇ ਛੋਟੇ ਬਿਜਨੀ ਖੇਡਦੇ, ਉਹਨਾਂ ਨੂੰ ਐਂ ਹੁੰਦਾ ਜੀ ਵੀ ਆਪਾਂ ਉਹਨੂੰ ਦੇਖ ਕੇ ਵੀ ਛੇਤੀ ਉੱਥੇ ਤੱਕ ਪਹੁੰਚ ਗਏ, ਇੱਕ ਆਪਣੀ ਹੁੰਦੀ ਹੈ ਸੋਚ ਹੁੰਦੀ ਹੈ ਇੱਕ ਦੀ ਆਪਾਂ ਵੀ ਛੇਤੀ ਪਹੁੰਚ ਗਏ ਮੰਜ਼ਿਲ 'ਤੇ, ਪਰ ਉਹ ਗਲਤ ਆ। ਉਹਨਾਂ ਦਾ ਬੈਕਗਰਾਊਂਡ ਵੇਖੋ ਵੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ, ਕਿੰਨੀ ਕੁ ਉਹਨਾਂ ਨੇ ਖੁਰਾਕ ਖਾਧੀ ਆ, ਕਿੰਨਾ ਸਮਾਂ ਲੱਗਣ ਨੂੰ ਇੱਥੇ ਤੱਕ ਆਉਣ ਤੱਕ, ਵੀ ਇਹ ਚੀਜ਼ਾਂ ਨੂੰ ਆਪਾਂ ਨੂੰ ਨੋਟ ਧਿਆਨ 'ਚ ਰੱਖਣਾ ਚਾਹੀਦਾ ਗਾ। ਬਾਕੀ ਇਹ ਗਲਤ ਗੱਲ ਆ ਵੀ ਜਿਹੜਾ ਆਪਾਂ ਦੇਖ ਕੇ ਵੀ ਆਪਾਂ ਕਿਸੇ ਦੇ ਪਿੱਛੇ ਲਾ ਕੇ ਅੱਜ ਕੱਲ੍ਹ ਜਿਹੜੇ ਗਲਤ ਸਪਲੀਮੈਂਟ ਦੇ ਰਹੇ ਆ, ਗਲਤ ਹੋਰ ਕੋਈ ਸਟੀਰੋਇਡ ਕਰ ਰਹੇ ਹੈਗੇ, ਉਹ ਬਸ ਉਹਨਾਂ ਦਾ ਪੈਸਾ ਬਣਾਉਣ ਅਗਲਿਆਂ ਨੇ, ਪਲੇਅਰਾਂ ਨੂੰ ਐਂ ਹੁੰਦਾ ਵੀ ਅਸੀਂ ਛੇਤੀ ਕਰ ਲਈਏ ਅਤੇ ਬਸ ਪਹੁੰਚ ਗਏ ਉੱਥੇ, ਪਰ ਉਹ ਨਹੀਂ ਇੰਨਾ ਸਾਥ ਲੰਮਾ ਟਾਈਮ ਨਹੀਂ ਖੇਡ ਸਕਦੇ ਗੇ ਉਹ। ਉਹਨਾਂ ਕਰਕੇ ਸਭ ਕੁਛ ਜਿਹੜਾ ਵੀ ਹੁਣ ਚੱਲ ਰਿਹਾ, ਦੌਰ ਚੱਲ ਰਿਹਾ, ਕਹਿੰਦੇ ਨਸ਼ਾ ਚੱਲ ਰਿਹਾ, ਉਹ ਚੱਲ ਰਿਹਾ, ਸਭ ਕੁਛ ਇਸੇ ਚੱਕਰ 'ਚ ਹੀ ਹੈਗੇ। ਅਤੇ ਫਿਰ ਕਾਲੇ ਨੂੰ ਕਿੰਨਾ ਕੁ ਟਾਈਮ ਲੱਗਿਆ ਇੱਥੋਂ ਤੱਕ ਪਹੁੰਚਣ ਲਈ, ਕਿੰਨੀ ਸਖਤ ਮਿਹਨਤ ਹੈ ਇਹਦੇ ਪਿੱਛੇ? ਮੈਂ ਜੀ 2010 ਦੇ ਵਿੱਚ ਜਾਣੀ ਕਿ ਪਹਿਲਾਂ ਵਰਲਡ ਕੱਪ ਹੋਇਆ ਉਹ ਤੋਂ ਮੈਂ ਦੇਖਿਆ, ਮੈਨੂੰ ਕੋਈ, ਮੈਂ ਕਬੱਡੀ ਖੇਡੀ ਨਹੀਂ ਸੀਗਾ ਅਤੇ ਦੇਖਣ ਵੀ ਨਹੀਂ ਗਿਆ ਸੀਗਾ ਮੈਂ, ਨਾ ਹੀ ਸਾਡੇ ਕੋਈ ਪਰਿਵਾਰ 'ਚ ਖੇਡਦਾ ਸੀਗਾ, ਵੀ ਮੈਨੂੰ ਸ਼ੌਂਕ ਜਿਹਾ ਜਾਗ ਗਿਆ ਵੀ ਯਾਰ ਮੈਂ ਪਲੇਅਰਾਂ ਨੂੰ ਦੇਖ ਕੇ ਵਰਲਡ ਕੱਪ ਦੇ ਵਿੱਚ ਪਹਿਲਾਂ ਜਿਹੜਾ ਹੋਇਆ ਗਾ ਵੀ ਇਹਨਾਂ ਦਾ ਨਾਂ ਇਹਨਾਂ ਨੂੰ ਦੁਨੀਆ ਜਾਣਦੀ ਹੈਗੀ, ਵੀ ਇੱਕ ਹੈ ਨਾ ਵੀ ਮੈਨੂੰ ਵੀ ਯਾਰ ਕੋਈ ਦੁਨੀਆ ਜਾਣਨ, ਮੈਂ ਵੀ ਆਪਦਾ ਨਾਂ ਬਣਾਵਾਂ, ਵੀ ਆਪਾਂ ਇੱਥੇ ਪੈਦਾ ਕਰਦੇ ਹਸਤੇ ਧਰਤੀ 'ਤੇ ਆਏ ਹਾਂ, ਕੁਛ ਕਰ ਗਏ ਆਪਾਂ, ਬਸ ਇਹੀ ਜਨੂੰਨ ਜਿਹਾ ਲੈ ਕੇ ਮੈਂ ਖੇਡਣ ਲੱਗਿਆ ਸੀਗਾ। ਅਤੇ 2011 ਦੇ ਵਿੱਚ ਮੈਂ ਜਦੋਂ ਸ਼ੁਰੂਆਤ ਕੀਤੀ ਦੇਵੀ ਦਿਆਲ ਕੋਚ ਸਾਹਿਬ ਸਾਡੇ ਕੁੱਬੇ ਅਕੈਡਮੀ, ਉੱਥੇ ਰਿਹਾ ਮੈਂ ਇੱਕ ਸਾਲ। ਉਸ ਤੋਂ ਬਾਅਦ ਮੈਂ 12 ਦੇ ਵਿੱਚ ਆ ਗਿਆ ਸੀਗਾ, ਫਿਰ ਇੱਧਰ ਖੇਡਣੇ ਮੈਚ ਪਿੰਡ ਬਾਰ ਕੁਛ ਪੇਂਡੂ ਮੈਚ ਖੇਡੇ, ਫਿਰ ਮੈਂ ਉਸ ਤੋਂ ਬਾਅਦ ਲੱਖਣ ਕੇ ਪੱਡਿਆਂ ਵਾਲੇ ਸੁੱਖੀ ਭਾਅ ਜੀ, ਉਹਨਾਂ ਨਾਲ ਮੈਚ ਲੱਗਿਆ ਸੀਗਾ ਮੇਰਾ ਇੱਕ ਥਾਂ 12 ਦੇ ਵਿੱਚ, ਉਹਨਾਂ ਨੂੰ ਮੈਚ ਵਧੀਆ ਲੱਗਿਆ, ਉਹਨਾਂ ਨਾਲ ਘੱਟੋ ਘੱਟ ਵੀ ਮੈਂ ਸ਼੍ਰੋਮਣੀ ਕਟਿਆ ਟੀਮ ਦਾ ਮੈਚ ਸੀਗਾ ਸਾਡਾ, ਉਹਨਾਂ ਨੂੰ ਮੈਂ 7-8 ਜੱਫੇ ਲਾਏ ਅਤੇ ਉਹਨਾਂ ਨੇ ਮੇਰੀ ਖੇਡ ਤੋਂ ਖੁਸ਼ ਹੋ ਕੇ ਮੈਨੂੰ ਕਹਿੰਦੇ ਵੀ ਬਹੁਤ ਸੋਹਣਾ ਭਲਵਾਨ, ਵੀ ਤੂੰ, ਤੇਰੀ ਟੀਮ ਮਾੜੀ ਹੈਗੀ ਵੀ ਤੂੰ ਵਧੀਆ ਆਂਗਾ ਅਤੇ ਤੂੰ ਮੇਰੇ ਨਾਲ ਚੱਲ ਅਤੇ ਮੈਂ ਤੈਨੂੰ ਵੀ ਆਪਦੇ ਪਿੰਡ 'ਚ ਖੜਾਇਆ ਕਰੂੰਗਾ। ਫਿਰ ਮੈਂ ਉੱਥੇ ਉਹਨਾਂ ਨਾਲ ਉੱਠ ਗਿਆ ਸੀਗਾ, ਸਾਲ ਉਹਨਾਂ ਨਾਲ ਰਿਹਾ ਮੈਂ ਜਲੰਧਰ, ਉਹਨਾਂ ਨਾਲ ਮੈਂ ਪਿੰਡ 'ਚ ਖੇਡਦਾ ਗਾ ਲੱਖਣ ਦੇ ਪੱਡਿਆਂ 'ਚ, ਅਤੇ ਉਹਨਾਂ ਨਾਲ ਖੇਡਦਾ ਰਿਹਾ ਉੱਥੇ, ਉੱਧਰ ਮੈਨੂੰ ਜਾਣਦਾ ਨਹੀਂ ਸੀ ਉਦੋਂ ਨਵਾਂ ਸੀਗਾ। ਉਸ ਤੋਂ ਬਾਅਦ ਮੈਂ ਖੇਡਣ ਤੋਂ ਬਾਅਦ ਫਿਰ ਮੈਂ ਜੋ ਵਾਹਵਾ ਹੋ ਗਿਆ, ਫਿਰ ਮੈਂ ਆਪਦੀ ਇੱਧਰ ਆ ਗਿਆ ਆਪਦੇ ਪਿੰਡ ਦੀ ਟੀਮ 'ਚ ਖੇਡਣ ਲੱਗ ਗਿਆ, ਫਿਰ ਵੀ ਇੱਦਾਂ ਚੱਲਣਾ ਸਫ਼ਰ ਵੱਧਦਾ ਗਿਆ। ਹਾਂਜੀ, 9 ਸਾਲਾਂ ਦੀ ਸਖ਼ਤ ਮਿਹਨਤ, 2010 ਦਾ ਵਰਲਡ ਕੱਪ ਦੇਖ ਕੇ ਤੁਸੀਂ ਉਹ ਤੋਂ ਪ੍ਰਭਾਵਿਤ ਹੋਏ, ਕਿਹੜਾ ਇਹੋ ਜਿਹਾ ਖਿਡਾਰੀ ਸੀ ਜਿਹਦੇ ਤੋਂ ਤੁਸੀਂ ਖਾਸ ਪ੍ਰਭਾਵਿਤ ਹੋਏ? ਖਿਡਾਰੀ ਜਿੱਦਾਂ ਮੈਨੂੰ ਐਂ ਹੁੰਦਾ ਸੀਗਾ ਵੀ ਜਿੱਦਾਂ ਸੁਖਬੀਰ ਸਰਾਂਵਾਲਾ ਪਹਿਲੀ ਸਾਰ ਖੇਡਿਆ ਸੀਗਾ, ਹੈ ਨਾ, ਹਾਂ, ਸਾਡੇ ਜ਼ਿਲ੍ਹੇ ਦੇ ਨੇ, ਵੀ ਉਦੋਂ ਮੈਂ ਜਾਣਦਾ ਨਹੀਂ ਸੀਗਾ, ਮੈਂ ਦੇਖਿਆ ਵੀ ਇੱਕ ਉਹਦਾ ਬਹੁਤ ਨਾਮ ਹੋਇਆ ਉਸ ਵਕਤ, ਹੈ ਨਾ, ਵੀ ਕਿੱਦਾਂ ਵੀ ਯਾਰ ਉਹਦਾ ਕਿੰਨਾ ਨਾਮ ਹੈਗਾ। ਕਈ ਪਲੇਅਰ ਜਿਹੜੇ ਦੇਖ ਕੇ ਬਸ ਐਂ ਹੋ ਗਿਆ ਵੀ ਮਨ ਨੂੰ ਯਾਰ ਮੈਂ ਕੁਛ ਕਰਾਂ, ਮੈਂ ਖੇਡਾਂ, ਮੈਂ ਕੋਈ, ਮੈਂ ਕਦੇ ਖੇਡਦਾ ਨਹੀਂ ਸੀ, ਕਦੇ ਦੇਖਣ ਨਹੀਂ ਗਿਆ ਸੀ, ਬਸ ਐਂ ਪੜ੍ਹਦਾ ਸੀਗਾ ਮੈਂ, ਅਤੇ ਬਸ ਮੈਂ ਉੱਥੇ ਹੀ ਸ਼ੌਂਕ ਪੈ ਗਿਆ ਜੀ ਮੈਨੂੰ। ਜਦੋਂ ਤੁਸੀਂ ਦੇਖਦੇ ਹੋ ਧੋਖਾਧੜੀ ਜੋ ਕਬੱਡੀ ਪਲੇਅਰਾਂ ਨਾਲ ਹੋ ਰਹੀ ਹੈ, ਚਾਹੇ ਉਹ ਫੈਡਰੇਸ਼ਨ ਕਰਦੀ ਹੈ, ਚਾਹੇ ਉਹ ਕਲੱਬ ਕਰਦੇ ਨੇ, ਜਾਂ ਕੋਈ ਹੋਰ ਗੱਲਾਂ ਵਾਪਰਦੀਆਂ, ਚਾਹੇ ਉਹ ਮੇਲਿਆਂ ਦੇ ਉੱਤੇ ਕੋਈ ਘਟਨਾਵਾਂ ਹੁੰਦੀਆਂ, ਤਾਂ ਕਾਲੇ ਨੂੰ ਫਿਰ ਦੁੱਖ ਨਹੀਂ ਲੱਗਦਾ ਇਹ ਚੀਜ਼ਾਂ ਦੇਖ ਕੇ? ਦੁੱਖ ਬਹੁਤ ਲੱਗਦਾ ਜੀ, ਕੀ ਦੱਸੀਏ ਤੁਹਾਨੂੰ, ਬਹੁਤ ਜ਼ਿਆਦਾ ਦੁੱਖ ਲੱਗਦਾ। ਹੁਣ ਮੈਂ ਪਹਿਲੇ ਸਾਲ ਜੋ ਖੇਡਾਂ 14 ਦੇ ਵਿੱਚ 15 ਚੰਬੀ ਟੂਰ 'ਚ ਗਿਆ ਮੈਂ ਬਹੁਤ ਸਾਲ, ਉਸ ਸਾਲ ਪਹਿਲੇ ਸਾਲ ਪ੍ਰਦਰਸ਼ਨ ਕੀਤਾ, ਵੀ ਨਵਾਂ ਨਵਾਂ ਅਕੈਡਮੀ 'ਚ ਖੇਡਣ ਦਾ ਚਾਅ ਸੀਗਾ ਮੈਨੂੰ, ਮੈਂ ਖੇਡਿਆ ਅਤੇ ਕਾਫੀ ਤਕੜਾ ਖੇਡਿਆ, ਉਸ ਸਾਲ ਮੇਰਾ ਵੀਜ਼ਾ ਨਹੀਂ ਲੱਗਿਆ, ਰਿਫਿਊਜ਼ ਹੋ ਗਿਆ ਗਾ। ਬਾਕੀ ਉਸ ਤੋਂ ਬਾਅਦ ਫਿਰ ਮੇਰਾ ਇੱਕ ਵਾਰੀ ਕਨੇਡਾ ਦਾ ਹੋ ਗਿਆ, ਇੱਕ ਵਾਰੀ ਇੰਗਲੈਂਡ ਦਾ ਹੋ ਗਿਆ, ਵੀ ਕਾਫੀ ਦੁੱਖ ਲੱਗਿਆ ਗਾ ਵੀ ਯਾਰ ਮਹਾਰਾਜ ਨੇ ਕੋਈ ਜਿੱਦਾਂ ਕਹਿੰਦੇ ਕਿਸਮਤ ਕਹਿ ਲਈ ਆਪਦੀ ਵੀ ਨਹੀਂ, ਆਪਾਂ ਨੂੰ ਹੈ ਨਹੀਂ ਸੀ ਦਾਣਾ ਪਾਣੀ ਆਪਣਾ, ਚਲੋ ਆਪਾਂ ਮਿਹਨਤ ਕਰੀ ਜਾਂਦੇ ਹਾਂ, ਜੋ ਲਿਖਿਆ ਬਸ ਠੀਕ ਆ, ਆਪਾਂ ਖੁਸ਼ ਹਾਂ, ਹੈਪੀ ਆਪਦੀ ਲਾਈਫ 'ਚ ਆਪਾਂ। ਕਾਲੇ ਦੇ ਘਰ ਦੇ ਕਿੰਨਾ ਕੁ ਮਾਣ
ਨਹੀਂ ਰਾਜੀ ਨਹੀਂ ਸੀਗੇ ਘਰ ਦੇ, ਕਹਿੰਦੇ ਵੀ ਨਹੀਂ ਯਾਰ ਵੀ ਗਲਤ ਆ ਸੱਟਾਂ ਫੇਟਾਂ ਤਾਂ ਇੱਦਾਂ ਵੀ ਤੂੰ ਗਲਤ ਅਗਰ ਨਾ ਖੇਡ ਵੀ ਡਰ ਲੱਗਦਾ ਰਹਿੰਦਾ ਮਾਪਿਆਂ ਨੂੰ ਹੁੰਦਾ ਵੀ ਸੱਟ ਨਾ ਵੱਜੇ ਨਾ ਵਜੇ, ਪਰ ਮੈਂ ਧੱਕੇ ਨਾਲ ਹੀ ਖੇਡਣ ਲੱਗਿਆ ਸੀਗਾ ਘਰਦੇ ਨੇ, ਜੋ ਜਦੋਂ ਮੈਂ ਵਾਹਵਾ ਹੋ ਗਿਆ ਪਤਾ ਲੱਗ ਗਿਆ ਵੀ ਸਾਡਾ ਮੁੰਡਾ ਵਧੀਆ ਹੋ ਗਿਆ, ਅਤੇ ਉਸ ਤੋਂ ਬਾਅਦ ਘਰਦਿਆਂ ਨੂੰ ਵੀ ਹੌਸਲਾ ਹੋਣ ਲੱਗ ਗਿਆ, ਫਿਰ ਉਹ ਵੀ ਆਪਾਂ ਨੂੰ ਹੱਲਾਸ਼ੇਰੀ ਦੇਣ ਲੱਗ ਗਏ ਹੁਣ ਵੀ ਖੇਡ ਕੋਈ ਚੱਕਰ ਨਹੀਂ ਗਾ। ਕਾਲੇ ਬਾਈ, ਖੇਡ ਮੇਲਿਆਂ ਅਤੇ ਤੁਹਾਡਾ ਕੋਈ ਵਿਸ਼ੇਸ਼ ਨਾਮ ਸਨਮਾਨ ਹੋਇਆ ਹੋਵੇ ਜਿਹੜਾ ਤੁਹਾਨੂੰ ਯਾਦ ਹੋਵੇ, ਜਿਹਨੂੰ ਪਾ ਕੇ ਬਹੁਤ ਖੁਸ਼ੀ ਹੋਈ ਹੋਵੇ? ਖੁਸ਼ੀ ਸਭ ਤੋਂ ਪਹਿਲਾਂ ਮੈਂ ਐਲਈਡੀ ਜਿੱਤੀ ਸੀਗੀ। ਅੱਛਾ। ਹਾਂਜੀ, ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਯਾਰ ਮੈਂ ਕੁਛ ਜਿੱਤਿਆ। ਫਿਰ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਮੋਟਰਸਾਈਕਲ ਜਿੱਤਿਆ ਸੀ ਬਿੱਲੇ, ਉਦੋਂ 15 ਦੇ ਵਿੱਚ, ਉਹ ਬਿੱਲੇ ਆਪਣਾ ਕਬੱਡੀ ਕੱਪ ਬਹੁਤ ਮਸ਼ਹੂਰ ਆ ਜੀ, ਵੀ ਉਦੋਂ ਕਾਫੀ ਟਾਈਮ ਉਦੋਂ ਦੂਜੀ ਪ੍ਰੈਸ਼ਨ। ਹਾਂਜੀ ਹਾਂਜੀ, ਬੈਸਟ ਪਲੇਅਰ ਰਿਹਾ ਸੀ, ਮੈਂ ਮੋਟਰਸਾਈਕਲ ਜਿੱਤਿਆ ਸੀਗਾ ਉਸ ਸਾਲ। ਉੱਥੇ ਸੀਗਾ ਸਾਡਾ ਮੈਚ ਸੀਗਾ ਭੱਤੋ ਨਾਲ, ਅਤੇ ਉੱਥੇ ਮੈਂ ਬੈਸਟ ਨਿਕਲਿਆ ਸੀਗਾ। ਮੈਨੂੰ ਪਹਿਲੇ ਸਾਲ ਬਹੁਤ ਖੁਸ਼ੀ ਹੋਈ ਯਾਰ ਮੈਂ ਮੋਟਰਸਾਈਕਲ ਜਿੱਤਿਆ, ਮੈਂ ਵੀ ਪਹਿਲੀ ਵਾਰ ਵੀ ਉਸ ਤੋਂ ਬਾਅਦ ਤਾਂ ਫਿਰ ਕਾਫੀ ਜਿੱਤਿਆ ਗਿਆ ਮੋਟਰਸਾਈਕਲ। ਹਾਂਜੀ, ਕਾਫੀ ਮਾਣ ਸਮਾਨ ਵੀ ਬੈਸਟ, ਕਾਫੀ ਕੱਪਾਂ ਕੁੱਪਾਂ ਦੇ, ਐਲਈਡੀਆਂ, ਵਾਸ਼ ਮਸ਼ੀਨਾਂ, ਅਤੇ ਊਂ ਪ੍ਰੈਜ ਕਾਫੀ ਵੀ ਨਗਦੀ ਰਾਸ਼ੀ, ਕਾਫੀ ਕੁਛ ਜਿੱਤਿਆ ਫਿਰ ਤਾਂ ਜੀ, ਬਸ ਮਹਾਰਾਜ ਦੀ ਕਿਰਪਾ ਨਾਲ। ਹਾਂਜੀ, ਤੁਹਾਨੂੰ ਇਹ ਨਹੀਂ ਲੱਗਦਾ ਕਾਲੇ ਬਾਈ ਜਿਹੜੇ ਵੱਡੇ ਵੱਡੇ ਨਾਮ ਆ ਇਹ ਵੀ ਕਿਤੇ ਨਾ ਕਿਤੇ, ਦੇਖੋ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਪਰ ਕਿਤੇ ਨਾ ਕਿਤੇ ਕਈ ਖਿਡਾਰੀਆਂ ਦਾ ਮਨ ਡੁਲਾਉਂਦੀਆਂ ਨਹੀਂ ਵੀ ਉਹ ਨਸ਼ੇ ਵੱਲ ਤਾਂ ਹੀ ਜਾ ਰਹੇ ਆ, ਭੱਜ ਰਹੇ ਆ? ਹਾਂਜੀ, ਹੁੰਦਾ ਹੀ ਆ। ਹੁਣ ਜਦੋਂ ਆਪਾਂ ਵੱਡੇ ਨਾਮ ਰੱਖਦੇ ਆ ਹੁੰਦਾ ਹੀ ਆ ਪਲੇਅਰਾਂ ਨੂੰ, ਬਾਕੀ ਜਿਹੜੇ ਸਮਝਦਾਰ ਪਲੇਅਰ ਹੈ ਜੀ ਉਹ ਨਹੀਂ ਇਹ ਕੁਛ ਕਰਦੇ ਗੇ। ਉਹਨਾਂ ਨੂੰ ਪਤਾ ਸੀ ਮਿਹਨਤ ਕੀ, ਜਿਹਦੀ ਮਿਹਨਤ ਕੀਤੀ ਵੀ ਆ ਉਹ ਰੰਗ ਜ਼ਰੂਰ ਦਿਖਾਉਂਦੀ ਆ, ਬੰਦੇ ਨੂੰ ਗਰਾਊਂਡ 'ਚ ਜਾ ਕੇ ਜ਼ਰੂਰ ਹੁੰਦਾ ਯਾਰ ਮੈਂ ਕੁਛ ਕਰੂੰਗਾ, ਅਤੇ ਜੇ ਹੁਣ ਆਪਾਂ ਮਿਹਨਤ ਨਹੀਂ ਕਰਦੇ ਗੇ ਤਾਂ ਫਿਰ ਤਾਂ ਆਪਾਂ ਨੂੰ ਨਸ਼ੇ ਦਾ ਸਹਾਰਾ ਹੀ ਲੈਂਦਾ, ਕੋਈ ਕੁਛ ਨਾ ਕੁਛ ਮਾੜਾ ਮੋਟਾ ਕਰ ਲੈਂਦੇ ਆ ਵੀ ਹਾਂ ਕੁਛ ਵੀ, ਜਿੱਦਾਂ ਵੀ ਆਪਾਂ ਨੂੰ ਕੀ ਪਤਾ ਕੀ ਕਰਦੇ ਕੀ ਨਹੀਂ ਵੀ, ਹੈ ਨਾ, ਤਾਂ ਕਰਕੇ ਕੁਛ ਨਾ ਕੁਛ ਕਰਦੇ ਜੋ ਬਾਕੀ ਵੱਡੇ ਪ੍ਰੈਜ ਹੁੰਦੇ ਆ ਗੇ ਉੱਥੇ ਕਹਿੰਦੇ ਵੀ ਕੁਛ ਉਹਨੇ ਉਹ ਕੀਤਾ ਉਹ ਕੀਤਾ, ਵੀ ਕਰਦੇ ਹੀ ਕੁਛ ਨਾ ਕੁਛ ਅਗਲਾ, ਵੀ ਨਹੀਂ ਵੀ ਕਰਦੇ ਬਹੁਤ ਹੈਗੇ ਆਪਾਂ ਨਹੀਂ ਇਹ ਨਹੀਂ ਕਹਿ ਸਕਦੇ ਵੀ ਕਰਦੇ, ਸਾਰੇ ਪਲੇਅਰ ਹੀ ਇਹੋ ਜਿਹੇ ਨੇ। ਕਾਲੇ ਬਾਈ, ਤੁਹਾਡੇ ਕੀਮਤੀ ਵਕਤ ਸਾਡੀ ਟੀਮ ਨੂੰ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਹਾਂਜੀ, ਧੰਨਵਾਦ ਜੀ। ਸੋ ਦੋਸਤੋ, ਇਹ ਸੀ ਕਬੱਡੀ ਦੇ ਉੱਘੇ ਸੁਪਰ ਸਟਾਰ ਕਾਲਾ ਦੋਦਾ ਜੀ। ਜਲਦੀ ਹੀ ਮਿਲਾਂਗੇ ਕਿਸੇ ਹੋਰ ਖਿਡਾਰੀ ਦੇ ਨਾਲ, ਕਿਸੇ ਹੋਰ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣੇ ਦੋਸਤ ਰਤਨ ਤਾਲੀਵਾਲ ਨੂੰ ਦਿਓ ਇਜਾਜ਼ਤ। ਧੰਨਵਾਦ।